ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਅੱਜ ਆਪਾਂ ਪ੍ਰਸ਼ਨਾਂ ਵਾਲੀ 2.2 ਜਿਹੜੀ ਆਪਾਂ ਕਰਦੇ ਪਏ ਸੀਗੇ ਉਹਦਾ ਸੈਕਿੰਡ ਪਾਰਟ ਦੇਖਾਂਗੇ। ਇਹਦੇ 'ਚ ਕੀ ਹੈ, ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ ਦਿੱਤੀਆਂ ਹੋਈਆਂ ਸੰਖਿਆਵਾਂ ਹਨ। ਮਤਲਬ ਸਾਨੂੰ ਕੀ ਇਹਦੇ ਵਿੱਚ ਦਿੱਤਾ ਹੈ, ਸਾਨੂੰ ਤਾਂ ਇੱਕ ਦਿੱਤਾ ਸਿਫਰਾਂ ਦਾ ਜੋੜ ਦਿੱਤਾ ਅਤੇ ਗੁਣਨਫਲ ਦਿੱਤੇ ਆ, ਠੀਕ ਹੈ। ਜੇ ਤੁਸੀਂ ਮੇਰੇ ਪਿਛਲੇ ਵੀਡੀਓ ਲੈਕਚਰ ਦੇਖੇ ਹੋਏ ਤੁਹਾਨੂੰ ਸਮਝ ਆ ਗਿਆ ਹੋਣਾ ਵੀ ਸਿਫਰ ਇੱਕ ਚੀਜ਼ ਕੀ ਹੁੰਦੀ ਹੈਗੀ ਹੈ। ਸਿਫਰ ਸਾਡੇ ਕੋਲ ਉਹ ਸਲਿਊਸ਼ਨ ਸੀਗਾ ਜਿਹੜਾ ਐਕਸ ਐਕਸਿਸ ਨੂੰ ਕਿਤੋਂ ਕੱਟ ਕੇ ਜਾਂਦਾ ਸੀ, ਹੈ ਨਾ। ਅਤੇ ਉਹਦੇ ਵਿੱਚ ਸਾਡੇ ਕੋਲ ਅਸੀਂ ਇੱਕ ਫਾਰਮੂਲਾ ਬਣਾਇਆ ਸੀ ਫਿਰ ਚੈਪਟਰ ਦੇ ਵਿੱਚ, ਆਹ ਵਾਲਾ ਸਿਫਰਾਂ ਦਾ ਜੋੜ ਅਲਫਾ ਪਲੱਸ ਬੀਟਾ ਮਾਈਨਸ ਬੀ ਬਾਏ ਏ, ਅਤੇ ਸਿਫਰਾਂ ਦਾ ਗੁਣਨਫਲ ਅਲਫਾ ਇੰਟੂ ਬੀਟਾ ਸੀ ਬਾਏ ਏ। ਜਦ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਸੀਗੇ, ਮਾਈਨਸ ਐਕਸ ਮਾਈਨਸ ਆਫ ਐਕਸ ਦਾ ਗੁਣਾਂਕ ਅਪੋਨ ਐਕਸ ਸਕੇਅਰ ਦਾ ਗੁਣਾਂਕ। ਇਹਦੇ 'ਚ ਤੁਹਾਡੇ ਕੋਲ ਸੀ ਅਚਲ ਪਦ ਅਤੇ ਐਕਸ ਸਕੇਅਰ ਦਾ ਗੁਣਾਂਕ। ਇਹ ਸਾਡੇ ਕੋਲ ਕਿੱਥੋਂ ਬਣਦਾ ਸੀਗਾ, ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਇਜ਼ ਇਕੁਅਲ ਟੂ ਜ਼ੀਰੋ ਤੋਂ ਬਣਦਾ ਸੀ, ਇਸ ਇਕੁਏਸ਼ਨ ਤੋਂ ਬਣਦਾ ਸੀਗਾ। ਕਲੀਅਰ ਚੀਜ਼ ਇਹ ਚੀਜ਼, ਚਲੋ ਆਪਾਂ ਸਮ ਸੋਲਵ ਕਰਦੇ ਅੱਗੇ, ਇਹਨੂੰ ਧਿਆਨ ਨਾਲ ਸਮਝਣਾ ਹੈ। ਅਤੇ ਥੋੜ੍ਹਾ ਜਿਹਾ ਡਿਫਰੈਂਟ ਤਰੀਕੇ ਦਾ ਹੈ ਇਹਦੇ ਵਿੱਚ, ਅਸੀਂ ਜੋ ਲੱਭਣਾ ਹੈ ਨਾ ਸਾਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ ਹੈ, ਠੀਕ ਹੈ। ਪਹਿਲਾਂ ਤਾਂ ਸਾਨੂੰ ਕੀ ਕਿਹਾ, ਦੋ ਘਾਤੀ ਬਹੁਪਦ ਪਤਾ ਕਰਨਾ। ਦੈਟ ਮੀਨਸ ਅਸੀਂ ਇੱਕ ਇਕੁਏਸ਼ਨ ਪਤਾ ਕਰਨੀ ਹੈ, ਬਹੁਪਦ ਪਤਾ ਕਰਨਾ ਨਾ, ਇੱਕ ਇਕੁਏਸ਼ਨ ਪਤਾ ਕਰਨੀ ਹੈ ਜਿਹੜੀ ਦੋ ਘਾਤੀ ਹੋਵੇ। ਉਹਦੇ 'ਚ ਕੀ ਆਏਗਾ, ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਇਜ਼ ਇਕੁਅਲ ਟੂ ਜ਼ੀਰੋ ਦੀ ਫੋਰਮ ਦੇ ਵਿੱਚ ਬਣਾਉਣਾ ਹੈ। ਪਰ ਸਾਨੂੰ ਇਹਦੇ 'ਚ ਗਿਵਨ ਕੀ ਹੈ, ਜਿਹਦੇ ਸਿਫਰਾਂ ਦਾ ਜੋੜ ਪਹਿਲੀ ਚੀਜ਼ ਪਤਾ ਹੈ, ਅਤੇ ਉਹਦਾ ਗੁਣਨਫਲ ਆ ਦੂਜੀ ਚੀਜ਼ ਪਤਾ ਹੈ। ਸਿਫਰਾਂ ਦਾ ਜੋੜ ਕਿੰਨਾ ਪਤਾ ਹੈ, 1/4, ਅਤੇ ਗੁਣਨਫਲ ਪਤਾ ਕਿੰਨਾ ਪਤਾ ਹੈ ਮੈਨੂੰ, 1 ਪਤਾ ਹੈ। ਕਲੀਅਰ ਚੀਜ਼ ਹੈ, ਇਹਨੂੰ ਸਾਨੂੰ ਸੋਲਵ ਕਰਦੇ ਹਾਂ ਕਿ ਸਾਡੇ ਕੋਲ ਐਕਸਰਸਾਈਜ਼ ਸਾਡੇ ਕੋਲ ਹੈਗੀ ਹੈ, ਇਹ 2.2 ਦਾ ਸੈਕਿੰਡ ਪਾਰਟ ਕਰਨ ਲੱਗੇ ਆਪਾਂ। ਕਲੀਅਰ ਚੀਜ਼ ਹੈ, ਸਿਫਰਾਂ ਦਾ ਜੋੜ ਮੈਨੂੰ ਗਿਵਨ ਹੈ, ਸਿਫਰਾਂ ਦਾ ਜੋੜ ਮੇਰੇ ਕੋਲ ਕੀ ਹੈ, 1/4, ਅਤੇ ਸਿਫਰਾਂ ਦਾ ਗੁਣਨਫਲ ਕੀ ਹੈ, ਸਿਫਰਾਂ ਦਾ ਗੁਣਨਫਲ ਮੇਰੇ ਕੋਲ ਕੀ ਹੈ, -1। ਕਲੀਅਰ ਚੀਜ਼, ਅਸੀਂ ਲੱਭਣਾ ਕੀ ਹੈ, ਇੱਕ ਦੋ ਘਾਤੀ ਬਹੁਪਦ ਲੱਭਣੀ ਹੈ, ਹੈ ਨਾ। ਇਹ ਮੈਂ ਬੇਸਿਕ ਸਾਰਾ ਸਮਝਾ ਚੁੱਕਿਆ ਤੁਹਾਨੂੰ ਪਿੱਛੇ, ਵੀ ਕਿੱਦਾਂ ਬਣਦੀ ਹੈ, ਦੋ ਘਾਤੀ ਬਹੁਪਦ ਕਿੱਦਾਂ ਬਣਦੀ ਹੈ, ਇੱਕ ਘਾਤੀ ਬਹੁਪਦ ਕਿੱਦਾਂ ਬਣਦੀ ਆ, ਬਹੁਪਦ ਕੀ ਹੁੰਦਾ ਹੈ, ਠੀਕ ਹੈ। ਸਾਰਾ ਕੁਝ ਤੁਹਾਨੂੰ ਮੈਂ ਪਿਛਲੇ ਵੀਡੀਓ ਲੈਕਚਰ 'ਚ ਸਮਝਾ ਚੁੱਕਿਆ, ਤੁਸੀਂ ਬੇਸਿਕ ਤੋਂ ਸਾਰੇ ਲੈਕਚਰ ਦੇਖੋ, ਤੁਹਾਨੂੰ ਸਾਰਾ ਸਮਝ ਆ ਜਾਏਗਾ ਇਹਦੇ ਵਿੱਚ ਕੀ ਹੋ ਰਿਹਾ ਹੈ। ਅਤੇ ਅਸੀਂ ਮੰਨ ਕੇ ਚੱਲਦੇ ਹਾਂ, ਅਸੀਂ ਕੀ ਬਣਾਉਣੀ ਹੈ, ਇਕੁਏਸ਼ਨ ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਬਣਾਉਣੀ ਆ ਇਜ਼ ਇਕੁਅਲ ਟੂ 0। ਜਿਹੜੇ ਇਹਦੇ ਸਿਫਰ ਹੋਣਗੇ ਉਹਨੂੰ ਅਸੀਂ ਕੀ ਨਾਮ ਦੇ ਸਕਦੇ ਹਾਂ, ਅਲਫਾ, ਅਤੇ ਜਿਹੜੇ ਇਹਦੇ ਅਲਫਾ ਅਤੇ ਬੀਟਾ ਨਾਮ ਦੇ ਸਕਦੇ ਹਾਂ ਨਾ, ਜਿਹੜੇ ਸਿਫਰ ਹੋਣਗੇ। ਹੁਣ ਸਿਫਰਾਂ ਦਾ ਜਿਹੜਾ ਜੋੜ ਹੈ ਉਹ ਮੇਰੇ ਕੋਲ ਕੀ ਹੈ, ਅਲਫਾ ਪਲੱਸ ਬੀਟਾ, ਇਹੀ ਚੀਜ਼ ਹੈ ਨਾ, ਸਿਫਰਾਂ ਦਾ ਜੋੜ ਅਲਫਾ ਪਲੱਸ ਬੀਟਾ, ਅਤੇ ਜਿਹੜਾ ਸਿਫਰਾਂ ਦਾ ਗੁਣਨਫਲ ਹੈ ਇਹ ਤਾਂ ਮੇਰੇ ਕੋਲ ਕੀ ਹੈ, ਸਿਫਰਾਂ ਦਾ ਜੋੜ, ਅੱਗੇ ਮੇਰੇ ਕੋਲ ਕੀ ਹੈ, ਗੁਣਨਫਲ, ਉਹ ਮੇਰੇ ਕੋਲ ਕੀ ਹੈ, ਅਲਫਾ ਇੰਟੂ ਬੀਟਾ। ਕਲੀਅਰ ਇਹ ਚੀਜ਼ ਇਹ, ਜਿਹੜਾ ਅਲਫਾ ਪਲੱਸ ਬੀਟਾ ਹੈ ਉਹ ਮੈਨੂੰ ਕਿੰਨਾ ਗਿਵਨ ਹੈ, 1/4 ਗਿਵਨ ਹੈ, ਅਤੇ ਅਲਫਾ ਪਲੱਸ ਬੀਟਾ ਮੇਰੇ ਕੋਲ ਕਿੰਨਾ ਹੈ, ਅਲਫਾ ਪਲੱਸ ਬੀਟਾ ਇਜ਼ ਇਕੁਅਲ ਟੂ 1/4 ਹੈ ਮੇਰੇ ਕੋਲ, ਅਤੇ ਅਲਫਾ ਇੰਟੂ ਬੀਟਾ ਮੈਨੂੰ ਕੀ ਮਿਲਦਾ ਹੈ, -1 ਮਿਲਦਾ ਹੈ। ਹੁਣ ਪਿੱਛੇ ਵਾਲਾ ਫਾਰਮੂਲਾ ਯਾਦ ਕਰੋ, ਜਿਹੜਾ ਫਾਰਮੂਲਾ ਮੇਰੇ ਕੋਲ ਕੀ ਸੀਗਾ, ਫਾਰਮੂਲਾ ਮੈਨੂੰ ਇਹ ਕਹਿੰਦਾ ਹੈ, ਜਿਹੜਾ ਆਪਾਂ ਮੈਂ ਉਹਦੇ ਵਿੱਚ ਪੜ੍ਹਿਆ ਸੀਗਾ, ਉਹ ਫਾਰਮੂਲਾ ਇਹ ਕਹਿੰਦਾ ਮੇਰੇ ਕੋਲ, ਮਾਈਨਸ ਆਫ ਐਕਸ ਦਾ ਗੁਣਾਂਕ ਡਿਵਾਈਡ ਬਾਏ ਐਕਸ ਸਕੇਅਰ ਦਾ ਗੁਣਾਂਕ, ਇਹੀ ਕਹਿੰਦਾ ਸੀ ਨਾ। ਇਹ ਮੇਰੇ ਕੋਲ ਕੀ ਹੈ, ਸਿਫਰਾਂ ਦਾ ਜੋੜ। ਅੱਛਾ, ਹੁਣ ਮੈਨੂੰ ਇਹ ਅਲਫਾ ਪਲੱਸ ਬੀਟਾ ਪਤਾ ਹੈ 1/4, ਅਤੇ ਅਲਫਾ ਇੰਟੂ ਬੀਟਾ ਪਤਾ ਮੈਨੂੰ, -1। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਅਲਫਾ ਹੈ ਕਿ ਇਹ ਬੀਟਾ ਹੈ, ਪਰ ਇੰਨਾ ਪਤਾ ਹੈ ਅਲਫਾ ਦੀ ਕੋਈ ਵੈਲਿਊ ਹੁੰਦੀ ਹੋਏਗੀ ਅਤੇ ਬੀਟਾ ਦੀ ਕੋਈ ਵੈਲਿਊ ਹੁੰਦੀ ਹੋਏਗੀ। ਜੇ ਦੋਨਾਂ ਨੂੰ ਮੈਂ ਜੋੜ ਕਰਦਾ ਮੈਨੂੰ 1/4 ਮਿਲਦਾ ਹੈ, ਅਤੇ ਅਲਫਾ ਅਤੇ ਬੀਟਾ ਦੀ ਨੂੰ ਜੇ ਮੈਂ ਗੁਣਾ ਕਰਦਾ ਮੈਨੂੰ -1 ਮਿਲਦਾ ਹੈ, ਠੀਕ ਹੈ। ਅਤੇ ਜੇ ਇਹਨੂੰ ਮੈਂ ਸੋਲਵ ਕਰਨਾ ਹੋਵੇ ਤਾਂ ਮੈਂ ਕਿੱਦਾਂ ਸੋਲਵ ਕਰ ਸਕਦਾ? ਤਾਂ ਪਹਿਲੀ ਗੱਲ ਤਾਂ ਇਹ ਹੈਗੀ ਹੈ, ਇਹਦਾ ਮਤਲਬ ਕੀ ਸੀ ਮੇਰੇ ਕੋਲ, ਇਹ ਮਾਈਨਸ ਆਫ -b/a ਹੈ, ਇਹੀ ਚੀਜ਼ ਸੀਗੀ। ਅਤੇ ਸਿਫਰਾਂ ਦਾ ਗੁਣਨਫਲ ਮੇਰੇ ਕੋਲ ਕੀ ਸੀਗਾ, c/a। ਅੱਛਾ, ਜੇ ਅਲਫਾ ਪਲੱਸ ਬੀਟਾ, ਦੈਟ ਮੀਨਸ ਇਹ ਕਿਹਦੇ ਕੋਲ ਹੈ, ਅਲਫਾ ਪਲੱਸ ਬੀਟਾ ਦੇ ਇਕੁਅਲ ਹੈ, ਅਲਫਾ ਪਲੱਸ ਬੀਟਾ ਕਿਹਦੇ ਇਕੁਅਲ ਹੁੰਦਾ, -b/a ਦੇ ਇਕੁਅਲ ਹੁੰਦਾ ਹੈ, ਅਤੇ ਅਲਫਾ ਪਲੱਸ ਬੀਟਾ ਦੀ ਵੈਲਿਊ ਕਿੰਨੀ ਗਿਵਨ ਹੈ ਮੈਨੂੰ, 1/4 ਗਿਵਨ ਹੈ। ਅਤੇ ਜੇ 1/4 ਗਿਵਨ ਹੈ ਤਾਂ ਇਹਦੇ ਵਿੱਚੋਂ ਆਹ 1 ਹੋ ਸਕਦਾ, ਆਹ 4 ਹੋ ਸਕਦਾ, ਆਹ 1 ਹੋ ਸਕਦਾ ਹੈ, ਆਹ 4 ਹੋ ਸਕਦਾ ਹੈ, ਅਤੇ ਆਹ c/a ਮੇਰੇ ਕੋਲ ਕੀ ਆ, ਅਲਫਾ ਇੰਟੂ ਬੀਟਾ, ਠੀਕ ਹੈ ਜੀ। ਅਲਫਾ c/a ਮੈਨੂੰ ਕੀ ਦਿੰਦਾ ਹੈ, ਅਲਫਾ / ਬੀਟਾ, ਇਹ ਮੇਰੇ ਕੋਲ ਕਿੰਨਾ ਆਇਆ, -1 ਆਇਆ, ਠੀਕ ਹੈ।
ਇਹ ਮੇਰੇ ਕੋਲ ਕੀ ਆਉਂਦਾ ਮਾਈਨਸ 1 ਆਉਂਦਾ, ਉਹ ਮਾਈਨਸ 1 ਮੇਰੇ ਕੋਲ ਕਿੱਦਾਂ ਆ ਰਿਹਾ ਹੈ ਸੀ ਬਾਏ ਏ ਦੇ ਨਾਲ, ਮਤਲਬ ਸੀ ਬਾਏ ਏ ਅਲਫਾ ਇੰਟੂ ਬੀਟਾ ਮਾਈਨਸ 1। ਹੁਣ ਮੈਨੂੰ ਵੈਲਿਊ ਪਤਾ ਕਰਨੀਆਂ ਨੇ ਵੀ ਇਹ ਵੈਲਿਊ ਕਿੱਦਾਂ ਆ ਰਹੀਆਂ ਨੇ, ਠੀਕ ਹੈ। ਇਹ ਤਾਂ ਕਨਸੈਪਟ ਹਲੇ ਚੱਲਦਾ ਪਿਆ, ਹਲੇ ਸਵਾਲ ਨੂੰ ਆਪਾਂ ਤਾਂ ਸੋਲਵ ਕਰਦੇ ਪਏ ਹਾਂ ਫਿਰ, ਕਿਉਂਕਿ ਜੇ ਤੁਹਾਨੂੰ ਕਨਸੈਪਟ ਸਮਝ ਆ ਜਾਏਗਾ, ਇੱਕ ਵਾਰੀ ਕਨਸੈਪਟ ਸਮਝ ਆ ਜਾਏਗਾ ਤੁਸੀਂ 2 ਮਿੰਟ 'ਚ ਇਹਨੂੰ ਸੋਲਵ ਕਰ ਲੇਂਗੇ, ਠੀਕ ਹੈ। ਮਤਲਬ ਤਿੰਨ ਚੀਜ਼ਾਂ ਨੂੰ ਲਿੰਕ ਕਰਨਾ ਪੈਣਾ ਤੁਹਾਨੂੰ, ਇੱਕ ਤਾਂ ਕਰਨਾ ਪੈਣਾ ਅਲਫਾ ਪਲੱਸ ਬੀਟਾ ਨੂੰ, ਇੱਕ ਕਰਨਾ ਪੈਣਾ ਮਾਈਨਸ ਬੀ ਬਾਏ ਏ ਨੂੰ, ਇੱਕ ਕਰਨਾ ਪੈਣਾ ਵੈਲਿਊ ਨੂੰ 1/4 ਨੂੰ, ਇੱਕ ਕਰਨਾ ਪੈਣਾ ਅਲਫਾ ਬੀਟਾ ਨੂੰ ਸੀ ਬਾਏ ਏ ਨੂੰ ਅਤੇ ਮਾਈਨਸ 1 ਨੂੰ। ਦੇਖੋ ਅਲਫਾ ਪਲੱਸ ਬੀਟਾ ਕਿੱਦਾਂ ਤੁਹਾਨੂੰ ਮਾਈਨਸ ਬੀ ਬਾਏ ਏ, ਦੈਟ ਮੀਨਸ ਏ ਕਿੰਨਾ ਹੈ, ਏ ਤਾਂ 4 ਹੈ, ਇਹ ਗੱਲ ਤਾਂ ਪੱਕੀ ਆ, ਹੈ ਨਾ, ਕਿਉਂਕਿ ਮਾਈਨਸ ਬੀ ਬਾਏ ਏ ਕਿਹਦੇ ਇਕੁਅਲ ਹੈ 1/4 ਦੇ ਇਕੁਅਲ ਹੈ, ਏ ਤਾਂ ਕਿੰਨਾ 4 ਹੈ, ਏ ਮੈਨੂੰ ਕਿੰਨਾ ਲੱਭ ਗਿਆ 4 ਲੱਭ ਗਿਆ, ਕਲੀਅਰ ਹੈ। ਹੁਣ ਜੇ ਏ ਮੈਨੂੰ 4 ਲੱਭ ਗਿਆ, ਸੀ ਬਾਏ ਏ ਦੀ ਵੈਲਿਊ ਕਿੰਨੀ ਆ ਰਹੀ ਹੈ, ਮਾਈਨਸ 1 ਆ ਰਹੀ ਹੈ, ਤਾਂ ਮਤਲਬ ਸੀ ਬਾਏ ਏ ਦੀ ਵੈਲਿਊ ਕਿੰਨੀ ਆ ਮੇਰੇ ਕੋਲ, ਮਾਈਨਸ 1 ਹੈ ਨਾ। ਤਾਂ ਮਾਈਨਸ 1 ਏ ਕਦੋਂ ਆਏਗੀ, ਜਦੋਂ ਏ ਮੇਰੇ ਕੋਲ ਕਿੰਨਾ ਹੈ 4 ਹੈ, ਅਤੇ ਸੀ ਮੇਰੇ ਕੋਲ ਕਿੰਨਾ ਹੋਵੇ, ਮਾਈਨਸ 4 ਹੋਵੇ। ਜੇ ਸੀ ਮੇਰੇ ਕੋਲ ਮਾਈਨਸ 4 ਹੋਵੇ, ਸਮਝ ਰਹੇ ਹੋ ਨਾ ਗੱਲ ਨੂੰ, ਸੀ ਮੇਰੇ ਕੋਲ ਮਾਈਨਸ 4 ਹੋਵੇ, ਉਹਨੂੰ ਮੈਂ ਕੱਟੂੰਗਾ ਤਾਂ ਮੈਨੂੰ ਕਿੰਨੀ ਵੈਲਿਊ, ਤਾਂ ਹੀ ਮੈਨੂੰ ਮਾਈਨਸ 1 ਮਿਲੇਗਾ ਨਾ। ਸੀ ਬਾਏ ਏ ਦੇ ਵਿੱਚ ਏ ਦੀ ਵੈਲਿਊ ਕਿੰਨੀ ਹੈ, ਇੱਥੇ 4 ਪਈ ਹੈ, ਅਤੇ ਸੀ ਦੀ ਵੈਲਿਊ ਕਿੰਨੀ ਹੋਵੇ, ਮਾਈਨਸ 4 ਹੋਵੇ, ਤਾਂ ਹੀ ਕਟਿੰਗ ਕਰਕੇ ਮੈਨੂੰ ਮਾਈਨਸ 1 ਮਿਲਦਾ ਨਾ। ਗੱਲ ਸਮਝ ਆ ਰਹੀ ਨਾ, ਤਾਂ ਸੀ ਦੀ ਵੈਲਿਊ ਵੀ ਕਿੰਨੀ ਹੋ ਗਈ ਹੈ ਮੇਰੇ ਕੋਲ, ਮਾਈਨਸ 4 ਹੋ ਗਈ ਹੈ, ਕਲੀਅਰ ਚੀਜ਼। ਬਾਕੀ ਬਚ ਗਿਆ ਮੇਰੇ ਕੋਲ ਬੀ। ਹੁਣ ਜਿਹੜਾ ਬੀ ਹੈ, ਇੱਥੇ ਮੇਰੇ ਕੋਲ ਵੈਲਿਊ ਕਿੰਨੀ ਗਿਵਨ ਹੈ, 1 ਗਿਵਨ ਹੈ, ਇੱਥੇ ਕਿੰਨੀ ਵੈਲਿਊ ਗਿਵਨ ਹੈ, 1। ਪਰ ਇਹਦਾ ਫਾਰਮੂਲਾ ਕੀ ਹੈ, ਮਾਈਨਸ ਆਫ ਬੀ। ਇੱਥੇ ਪਲੱਸ ਦਾ ਕਦੋਂ ਬਣੇਗਾ, ਇਹ ਮੈਨੂੰ ਕਿਤੇ ਕੀ ਗਿਵਨ ਹੈ, 1 ਜਿਹੜਾ ਮਾਈਨਸ ਬੀ ਸੀਗਾ ਇਹਨੂੰ ਮੈਂ ਕਿਹਦੇ ਵਿੱਚ ਗਿਵਨ ਹੈ, ਮੈਨੂੰ ਪਲੱਸ 'ਚ ਗਿਵਨ ਹੈ। ਤਾਂ ਜੇ ਮਾਈਨਸ ਇੱਥੇ ਮਾਈਨਸ 1 ਹੁੰਦਾ, ਹੈ ਨਾ, ਤਾਂ ਹੀ ਕੈਂਸਲ ਹੋ ਕੇ ਉਹ ਪਲੱਸ ਦਾ ਬਣਦਾ ਪਿਆ ਹੈ, ਠੀਕ ਹੈ ਜੀ। ਤਾਂ ਇੱਥੇ ਮਾਈਨਸ ਮੇਰੇ ਕੋਲ ਕੀ ਹੋਏਗਾ, ਮਾਈਨਸ 1 ਹੋਏਗਾ, ਤਾਂ ਹੀ ਕੈਂਸਲ ਹੋ ਕੇ ਮੇਰੇ ਕੋਲ ਕੀ ਬਣਦਾ ਪਿਆ, ਉਹ 1 ਬਣਦਾ ਪਿਆ। ਇਹ ਗੱਲ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਮਾਈਨਸ ਬੀ ਬਾਏ ਏ ਮੈਨੂੰ ਕੀ ਦਿੰਦਾ ਹੈ, 1/4 ਦਿੰਦਾ ਹੈ। ਪਰ ਇੱਥੇ ਇਹਦੇ ਅੱਗੇ ਮਾਈਨਸ ਦਾ ਨਿਸ਼ਾਨ ਹੈ, ਦੈਟ ਮੀਨਸ ਮੇਰੇ ਅੱਗੇ ਮਾਈਨਸ ਦਾ ਨਿਸ਼ਾਨ ਪਾ ਦੇਵਾਂ, ਅਤੇ ਇਹਦੇ ਅੱਗੇ ਵੀ ਮਾਈਨਸ ਦਾ ਨਿਸ਼ਾਨ ਪਾ ਦੇਵਾਂ, ਅਤੇ ਮਾਈਨਸ ਦੇ ਨਾਲ ਮਾਈਨਸ ਕੈਂਸਲ ਹੋਇਆ, ਤਾਂ ਹੀ 1 ਬਚਿਆ ਨਾ। ਤਾਂ ਇਹ ਮੇਰੇ ਕੋਲ ਕਿੰਨਾ 4 ਹੈ, ਤਾਂ ਇਹ ਬੜਾ 1/4 ਹੈ। ਇੱਥੇ ਮਤਲਬ ਇਹ ਕੀ ਪਿਆ ਮੇਰੇ ਕੋਲ, ਮਾਈਨਸ 1 ਪਿਆ, ਤਾਂ ਬੀ ਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ, ਮਾਈਨਸ 1 ਵੈਲਿਊ ਹੋ ਗਈ ਹੈ, ਕਲੀਅਰ ਜੀ। ਏ ਕਿੰਨਾ ਲੱਭ ਗਿਆ ਸੀ 4, ਸੀ ਕਿੰਨਾ ਲੱਭ ਗਿਆ ਸੀ ਮਾਈਨਸ 4, ਬੀ ਕਿੰਨਾ ਲੱਭ ਗਿਆ ਸੀ ਮਾਈਨਸ 1। ਹੁਣ ਏ ਦੀ ਵੈਲਿਊ ਕਿੰਨੀ ਆ, 4, ਬੀ ਦੀ ਵੈਲਿਊ ਕਿੰਨੀ ਆ, ਮਾਈਨਸ 1, ਅਤੇ ਸੀ ਦੀ ਵੈਲਿਊ ਕਿੰਨੀ ਆ, ਮਾਈਨਸ 4। ਅਤੇ ਸਮੀਕਰਨ ਬਣਾਉਣੀ ਆ, 4x², ਕਿਉਂਕਿ ਏ ਦੀ ਥਾਂ 'ਤੇ ਆ ਗਿਆ, ax² ਪਲੱਸ bx ਪਲੱਸ c = 0 ਬਣਨੀ ਆ, ਤਾਂ ਬੀ ਮੇਰੇ ਕੋਲ ਕਿੰਨਾ ਹੈ, ਮਾਈਨਸ 1, ਇਹ ਮੇਰੇ ਕੋਲ ਕੀ ਆ ਗਿਆ, ਮਾਈਨਸ ਆਫ ਐਕਸ, ਅਤੇ ਸੀ ਮੇਰੇ ਕੋਲ ਕੀ ਆ ਗਿਆ, ਮਾਈਨਸ ਆਫ 4 = 0, ਚਾਹੇ ਨਾ ਪਾਓ, ਇਹ ਮੇਰੇ ਕੋਲ ਕੀ ਆ, ਉੱਤਰ ਹੈ। ਮੈਨੂੰ ਲੱਗਦਾ ਤੁਹਾਨੂੰ ਇਹ ਗੱਲ ਸਮਝ ਆਈ ਹੋਣੀ ਆ, ਠੀਕ ਹੈ। ਕੁਛ ਮੈਨੂੰ ਲੱਗਦਾ ਸਕੂਲਾਂ ਦੇ ਵਿੱਚ ਇੱਦਾਂ ਵੀ ਇਕੁਏਸ਼ਨ ਕਰਾ ਦੇਣਗੇ, ax² ਪਲੱਸ bx ਪਲੱਸ c = 0। ਮੈਂ ਦੇਖਿਆ ਪੇਪਰ ਚੈੱਕ ਕੀਤੇ ਸੀ ਤਾਂ ਕੁਝ ਦੇਖਿਆ, ਗਲਤ ਤਰੀਕੇ ਨਾਲ ਵੀ ਸਮਝਾਇਆ ਹੁੰਦਾ ਹੈ। ਇਹਦੇ ਵਿੱਚ ਲੌਜਿਕ ਲਗਾ ਕੇ ਚੱਲਣਾ ਤੁਸੀਂ, ਲੌਜਿਕ ਕਿਹੜਾ ਲਗਾਉਣਾ, ਆਹ ਵਾਲਾ ਲਗਾਉਣਾ। ਜੋ ਆਪਾਂ ਅਗਲਾ ਕੁਸ਼ਚਨ ਕਰਾਂਗੇ ਫਿਰ ਤੁਹਾਨੂੰ ਕਲੀਅਰਲੀ ਸਮਝ ਆ ਜਾਏਗੀ ਚੀਜ਼, ਠੀਕ ਹੈ ਜੀ। ਅਤੇ ਨੈਕਸਟ ਕੁਸ਼ਚਨ ਦੇਖਦੇ ਹਾਂ, ਵੈਲਿਊ ਕੀ ਹੈ ਸਾਡੇ ਕੋਲ। ਨੈਕਸਟ ਵੈਲਿਊ ਸਾਡੇ ਕੋਲ ਹੈਗੀ ਆ √2 ਅਤੇ 1/3, ਠੀਕ ਹੈ, √2 ਅਤੇ 1/3। ਹੁਣ ਤੁਹਾਨੂੰ ਸਮਝਣਾ ਚਾਹੀਦਾ ਸਿਫਰਾਂ ਦਾ ਜੋੜ ਕੀ ਹੈ ਮੇਰੇ ਕੋਲ, ਸਿਫਰਾਂ ਦਾ ਜੋੜ ਕੀ ਹੈ √2, ਅਤੇ ਸਿਫਰਾਂ ਦਾ ਹੀ ਗੁਣਨਫਲ ਮੇਰੇ ਕੋਲ ਕੀ ਹੈ, 1/3, ਕਲੀਅਰ ਚੀਜ਼ ਹੈ। ਇਹ ਦੂਜਾ ਕੁਸ਼ਚਨ ਕਰਦੇ ਹਾਂ ਆਪਾਂ ਸੋਲਵ। ਤਾਂ ਦੂਸਰਾ ਕੁਸ਼ਚਨ ਹੈ ਸਾਡੇ ਕੋਲ, ਐਕਸਰਸਾਈਜ਼ 2.2 ਕਰਦੇ ਪਏ ਹਾਂ। ਸਾਨੂੰ ਕੀ ਚੀਜ਼ਾਂ ਗਿਵਨ ਨੇ, 2 ਚੀਜ਼ਾਂ ਗਿਵਨ ਨੇ, ਠੀਕ ਹੈ ਜੀ। ਹੁਣ ਜਿਹੜਾ ਇਹ ਸਾਨੂੰ ਕੀ ਗਿਵਨ ਹੈ, ਸਿਫਰਾਂ ਦਾ ਜੋੜ ਗਿਵਨ ਹੈ, ਕਿੰਨਾ, √2। ਸਿਫਰਾਂ ਦਾ ਜੋੜ ਕੀ ਹੈ, √2, ਕਲੀਅਰ ਚੀਜ਼ ਜੀ ਇਹ। ਸਿਫਰਾਂ ਜੋੜ √2, ਅਤੇ ਦੂਜਾ ਮੇਰੇ ਕੋਲ ਕੀ ਹੈ, ਸਿਫਰਾਂ ਦਾ ਗੁਣਨ ਫਲ। ਇਹ ਮੇਰੇ ਕੋਲ ਕਿੰਨਾ ਗਿਵਨ ਹੈ ਜੀ, 1/3, ਮਤਲਬ √2 ਮੇਰੇ ਕੋਲ ਕੀ ਆ, ਅਲਫਾ ਪਲੱਸ ਬੀਟਾ, ਜੋ ਐਕਚੁਅਲੀ 'ਚ ਮੇਰੇ ਕੋਲ ਕੀ ਆ, ਮਾਈਨਸ ਬੀ ਬਾਏ ਏ। ਇਹ ਮੇਰੇ ਕੋਲ ਕੀ ਆ, ਅਲਫਾ ਇੰਟੂ ਬੀਟਾ, ਜੋ ਐਕਚੁਅਲੀ 'ਚ ਮੇਰੇ ਕੋਲ ਕੀ ਆ, ਸੀ ਬਾਏ ਏ। ਅੱਛਾ, ਅਲਫਾ ਪਲੱਸ ਬੀਟਾ ਕਿਹਦੇ ਇਕੁਅਲ ਹੈ, ਮਾਈਨਸ ਬੀ ਬਾਏ ਏ ਦੇ ਇਕੁਅਲ ਹੈ, ਜੋ ਮੈਨੂੰ ਕੀ ਦਿੰਦਾ ਹੈ, √2 ਦਿੰਦਾ ਹੈ, ਕਲੀਅਰ ਚੀਜ਼। ਇੱਥੇ ਮਾਈਨਸ ਬੀ ਅਤੇ ਮਾਈਨਸ ਏ ਦੀ ਵੈਲਿਊ ਕੀ ਆ, ਕੁਛ ਇੱਥੇ ਮਾਈਨਸ ਬੀ ਅਤੇ ਮਾਈਨਸ ਏ ਦੀ ਵੈਲਿਊ ਹੋਏਗੀ, ਤਾਂ ਮੈਨੂੰ √2 ਮਿਲੇ। ਅਤੇ ਅਲਫਾ ਇੰਟੂ ਬੀਟਾ ਮੈਨੂੰ ਕੀ ਦਿੰਦਾ ਹੈ, ਇਹ ਮੈਨੂੰ ਦੇ ਰਿਹਾ 1/3, ਇਹ ਮੇਰੇ ਕੋਲ ਕੀ ਹੈ, ਸੀ ਬਾਏ ਏ। ਇਹ ਮੈਨੂੰ ਕੀ ਦੇ ਰਿਹਾ, 1/3, ਮਤਲਬ ਇੱਥੇ ਏ ਦੀ ਵੈਲਿਊ ਮੈਨੂੰ ਪਤਾ ਕਿੰਨੀ ਆ, 3 ਹੈ ਨਾ। ਅਤੇ ਜੇ ਇੱਥੇ ਏ ਦੀ ਵੈਲਿਊ ਮੈਂ ਕਿੰਨੀ ਪੁੱਟ ਕਰ ਦਿੰਦਾ, 3 ਪੁੱਟ ਕਰ ਦਿੰਦਾ, ਤਾਂ √2 ਬਣਾਉਣ ਲਈ ਦੱਸੋ ਇੱਥੇ ਉੱਪਰ ਕੀ ਲਿਖਾਂ ਮੈਂ, √2 ਬਣਾਉਣ ਦੇ ਲਈ ਉੱਪਰ ਕੀ ਲਿਖਾਂ। ਜੇ ਮੈਂ ਇੱਥੇ 3√2 ਲਿਖਦਾ ਹੈ, 3 ਨਾਲ 3 ਕੈਂਸਲ ਹੋ ਜਾਏਗਾ, √2 ਬਚ ਗਿਆ, ਪਰ ਅੱਗੇ ਕੀ ਪਿਆ ਹੋਣਾ ਚਾਹੀਦਾ ਸੀ, ਮਾਈਨਸ, ਤਾਂ ਇਹ ਮਾਈਨਸ ਦਾ ਹੋਣਾ ਚਾਹੀਦਾ ਨਾ, ਤਾਂ ਮਾਈਨਸ ਆਫ
माइनस ऑफ रूट थ्री टू नू डिवाइड करना थ्री के नाल, माइनस ना माइनस कैंसल, थ्री के नाल थ्री कैंसल, तो कला की बचिया रूट टू बचिया, तो बी की वैल्यू मेरे को की है माइनस ऑफ थ्री रूट टू। मैं लगता तुम्हें गल समझ आ गई होनी है। तो सी की वैल्यू कि सी की वैल्यू तो वन हैगी भी हैगी है मेरे को, क्लीयर जी। तो ए की वैल्यू कि हैगी मेरे को थ्री, सी की वैल्यू कि हैगी है वन, तो बी की वैल्यू कि हैगी है माइनस ऑफ थ्री रूट टू। हूँ तुम इक्वेशन बना सकते हो जी, आराम वाली इक्वेशन बन सकती है, वो की है ए एक्स स्केयर प्लस बी एक्स प्लस सी की फॉर्म के, ए मेरे को किन्ना है थ्री, थ्री एक्स स्केयर, बी की है माइनस ऑफ थ्री रूट टू एक्स प्लस सी किन्ना मेरे को वन। क्लीयर चीज़, ये मेरे को बन जाएगा तो आंसर बन जाएगा। नैक्सट क्वेश्चन देखते हैं, नैक्सट वैल्यू मेरे को है, नैक्सट हैगी है जीरो तो रूट फाइव। क्लीयर चीज़ है, इनू आराम सॉल्व कर लेंगे, कोई प्रॉब्लम नहीं आनी चाहिए। अगे मेरे को है जीरो तो रूट फाइव, मतलब रूट फाइव सिफर का जोड़ मेरे को है अल्फा प्लस बीटा, जो कि देखो हूँ ए बाय, जो मेरे को है माइनस बी बाय ए दे, ते सिफर का गुणनफल के देखो हूँ मेरे को अल्फा इंटू बीटा का, जो कि देखो है सी बाय ए दे। सिफर का जोड़ मैं मिलता पाया जीरो मिलता पाया, मतलब इतने माइनस बी की कोई वैल्यू होनी है तो ए की कोई वैल्यू होनी है तो मैंने की मिले जीरो मिले। तो सी बाय ए, सी बाय ए मैं कि मिलता पे, सी बाय कि मिलता मैं रूट फाइव, तो इतने मैं मिलता पे रूट फाइव, तो इतने की वैल्यू है, इतने कोई वैल्यू हो, इतने कोई वैल्यू हो, मैं कि मिले रूट फाइव मिले। समझ रहे हो चीज़ नी, ठीक है जी। तो इतने मैं हूँ ये नहीं पता भी सी कि है तो ए कि है, अच्छा रूट फाइव अपॉन वन तो हो सकता है, ये चीज़ में तो तुम समझ दो ना, इन तो मैं इदा फ्रैक्शन की फॉर्म के लिख सकता है, कोई प्रॉब्लम नहीं हैगी, इन इस तरीके लिख सदना। तो ए तो मैंने लभ गया की हो सकता मेरे को वन हो सकता है, तो सी की हो सकता रूट फाइव हो सकता है। क्लीयर जी चीज़, तो इतने ए की हो सकता है वन हो सकता है, तो बी की हो सकता है तो जीरो ही हो सकता है, जो जीरो अपॉन वन हो ता ही आंसर जीरो आएगा। तो मतलब च बी मेरे को है जीरो है, सी मेरे को है रूट फाइव है, ए मेरे को है वन है। हूँ इक्वेशन बनानी है ए एक्स स्केयर प्लस बी एक्स प्लस सी, ए मेरे को किन्ना है वन है ना, वो की बच गया एक्स स्केयर, बी किन्ना है जीरो डॉट एक्स प्लस सी किन्ना है रूट फाइव, ये बन गया एक्स स्केयर प्लस रूट फाइव आंसर आ गया मेरे को। क्लीयर चीज़, ये हो गए पहले तीन सवाल, ठीक है जी। नैक्सट चौथा पंजवा तो छेवं नैक्सट वीडियो लैक्चर देखते हैं, ये वीडियो लैक्चर देखने थोड़ा बहुत बहुत धन्यवाद, थैंक यू सो मच।